ਅਤੇ ਦੋਸਤੋ ਸੁੱਤੇ ਉੱਠੇ ਹੋਣੇ ਅਸੀਂ, ਜਸਟ ਗੱਡੀ ਵਿੱਚ ਸੋ ਕੇ ਵੀ ਬੁਰਾ ਹਾਲ ਹੋ ਗਿਆ। ਅਸੀਂ ਹੁਣ ਪਹੁੰਚ ਚੁੱਕੇ ਹਾਂ ਬਿਊਟੀਫੁੱਲ ਜੈ ਵੈਲੀ। ਅਸੀਂ ਮੈਂ ਤੁਹਾਨੂੰ ਸੁੰਦਰਤਾ ਹੁਣੇ ਆਪਣੇ ਮੋਬਾਈਲ 'ਚ ਆਪਣੀ ਸਕਰੀਨ 'ਚ ਦਿਖਾਉਣਾ। ਇਹ ਦੇਖੋ ਬੜੇ ਆਰਾਮ ਨਾਲ ਤੁਹਾਨੂੰ ਮੈਂ ਦਿਖਾਉਣਾ ਇਹ ਸੁੰਦਰਤਾ। ਉੱਪਰ ਉੱਪਰ ਤੱਕ ਬੜੀ ਬੜੀ ਵੱਡੀ ਉਚਾਈ ਹੈ, ਘਾਟੀਆਂ ਬਣੀਆਂ ਹੋਈਆਂ, ਔਰ ਇੱਥੇ ਥੋੜ੍ਹਾ ਜਿਹਾ ਇੱਕ ਛੋਟੀ ਜਿਹੀ ਨਹਿਰ ਵੀ ਚੱਲ ਰਹੀ ਹੈ। ਰਾਜਵੀਰ ਧਿਆਨ ਨਾਲ ਦੇਖੋ, ਬੱਚਿਆਂ ਨੇ ਆਉਂਦੀ ਇੱਥੇ ਨਜ਼ਾਰੇ ਲੈਣੇ ਸਟਾਰਟ ਕਰਤੇ ਆ। ਅਤੇ ਇਹ ਦੇਖੋ ਜਾ ਰਹੇ ਬੱਚੇ ਸਾਰੇ, ਸਾਡੀ ਫੈਮਿਲੀ। ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ, ਚਲੋ 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 ਇੰਜੋਏ ਕਰੋ। ਕੀ ਹੋਇਆ, ਕੀ ਸੀ, ਸਨੇਕ ਨਾ ਹੋਏ? ਇਹ ਬਹੁਤ ਬਿਊਟੀਫੁਲ, ਇੱਥੇ ਇੱਕ ਦੇਖੋ ਇੱਥੇ ਫੋਟੋ ਵਗੈਰਾ ਖਿਚਾ ਸਕਦੇ ਆਪਾਂ। ਚਲੋ ਇੰਜੋਏ ਕਰੋ ਧਿਆਨ ਨਾਲ ਧਿਆਨ ਨਾਲ। ਆ ਜਾਓ ਵੀ ਸਾਰੇ, ਇੰਜੋਏ ਕਰੋ, ਇੰਜੋਏ ਇੰਜੋਏ। ਆਪਣੇ ਬੱਚਾ ਪਾਰਟੀ ਦੇਖੋ ਪਾਣੀ 'ਚ ਵੜ ਕੇ ਨਜ਼ਾਰੇ ਲਿਆ ਰਹੀ ਆ। ਫੋਟੋਆਂ ਫੋਟੋਆਂ ਖਿੱਚੋ, ਫੋਟੋਆਂ ਫੋਟੋਆਂ ਖਿੱਚੋ ਉਹਨਾਂ ਦੀਆਂ। ਉਹ ਠੰਡ ਪੈ ਗਈ ਮੇਰੇ। ਆ ਦੇਖ ਦੇਖੋ ਇੱਧਰ ਦੇਖੋ, ਰੁਕ ਜਾਓ ਇੱਕ ਮਿੰਟ, ਪਿੱਛੇ ਹੋ ਪਿੱਛੇ ਪਿੱਛੇ ਹੋ ਪਿੱਛੇ। ਅਤੇ ਦੋਸਤੋ ਅੱਜ ਅਸੀਂ ਆਏ ਹਾਂ ਜੈ ਵੈਲੀ, ਜੋ ਕਿ ਭੱਦਰਵਾਹ ਤੋਂ 25-30 ਕਿਲੋਮੀਟਰ ਦੇ ਏਰੀਏ 'ਚ ਦੂਰ ਹੈ। ਅਤੇ ਇੱਥੇ ਅਸੀਂ ਅੱਜ ਬਹੁਤ ਖੂਬ ਨਜ਼ਾਰੇ ਲੈ ਰਹੇ ਹਾਂ ਪਾਣੀ ਵਿੱਚ। ਹੈ ਪਾਣੀ ਬਹੁਤ ਠੰਡਾ, ਪਰ ਅਸੀਂ ਥੋੜ੍ਹਾ ਜਿਹਾ ਫਨ ਵਗੈਰਾ ਕਰ ਰਹੇ ਹਾਂ ਅਤੇ ਰੀਲਸ ਵਗੈਰਾ ਜਾਂ ਫਿਰ ਵੀਡੀਓਜ਼ ਵਗੈਰਾ ਬਣਾ ਰਹੇ ਹਾਂ, ਬਹੁਤ ਮਜ਼ਾ ਲੈ ਰਹੇ ਹਾਂ। ਬਸ ਇੱਥੇ ਅਸੀਂ ਥੋੜ੍ਹੀ ਦੇਰ ਹੀ ਰੁਕਾਂਗੇ, ਫਿਰ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਬਿਲਕੁਲ ਖਤਮ ਹੈ। ਇਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਹੋਟਲ 'ਚ। ਅਤੇ ਦੋਸਤੋ ਹੁਣ ਜਿਹੜਾ ਆਪਣਾ ਟੂਰ ਆ ਉਹ ਸਮਾਪਤ ਹੋ ਰਿਹਾ ਜੀ, ਸਮਾਪਤ ਹਜੇ ਨਹੀਂ ਹੋ ਰਿਹਾ। ਹਜੇ ਕਿੱਥੇ ਜਾਣਾ ਹੁਣ, ਨਹਾਈਆਂ ਨਹਾਈਆਂ ਕਰਨੀਆਂ, ਬਾਕੀ ਹੋਟਲ ਤੋਂ ਆਪਣਾ ਪੈਕਅਪ ਕਰ ਲਿਆ ਸਾਰਾ। ਗੱਡੀ ਸਾਡੀ ਲੱਗੀ ਆ, ਤਿਆਰ ਹਾਂ ਅਸੀਂ। ਬਸ ਸਵੇਰ ਦੇ ਟਾਈਮ ਹਲੇ 11 ਵਜੇ ਆ ਅਤੇ ਬਹੁਤ ਮਜ਼ਾ ਆਇਆ ਇੱਥੇ ਹੋਟਲ 'ਚ। ਸਮਾਨ ਸਮਾਨ ਚੱਕ ਲਓ ਜਿਹੜਾ ਵੀ ਆ ਆਪਣਾ, ਡਰਾਈਵਰ ਸਾਹਿਬ ਰੈਡੀ ਹੈਗੇ ਆ। ਪਿੱਛੇ ਦਾ ਵਿਊ ਦੇਖ ਲਓ ਇੱਕ ਵਾਰੀ ਫਿਰ, ਜਿੱਥੇ ਅਸੀਂ ਖੂਬ ਆਨੰਦ ਕੀਤਾ, 4 ਦਿਨ ਇੱਥੇ ਰਹੇ ਹਾਂ, ਬੜਾ ਮਜ਼ਾ ਆਇਆ। ਹੁਣ ਇਹਦੀ ਕੁਰਸੀਆਂ ਸਾਨੂੰ ਉਡੀਕਦੀਆਂ ਵਿਚਾਰੀਆਂ, ਬੱਚੇ ਬਹਿਣੇ ਸ਼ੁਰੂ ਹੋ ਗਏ। ਬੈਠ ਜਾਓ ਸਾਰੇ ਆਰਾਮ ਨਾਲ। ਬਾਕੀ ਰਸਤੇ 'ਚ ਇੱਕ ਦੋ ਆਈਟਮ ਹੋਰ, ਇੱਕ ਫਿਸ਼ ਪੋਂਗ ਹੈਗਾ ਅਤੇ ਇੱਕ ਅੱਧੀ ਆਈਟਮ ਹੋਰ ਦੇਖ ਲਾਂਗੇ, ਜਿੱਦਾਂ ਕਿ ਨਹਾਉਣ ਵਾਲੀ ਕੋਈ ਜਗ੍ਹਾ ਲੱਭੀ ਤਾਂ ਅਸੀਂ ਉੱਥੇ ਆਪਣਾ ਨਹਾ ਨਹੂ ਲਾਵਾਂਗੇ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਥੋੜ੍ਹੀ ਬਹੁਤ ਵੀਡੀਓ ਫੋਟੋ। ਅਤੇ ਮਿਲਦੇ ਹਾਂ ਨੈਕਸਟ, ਚੱਲਦੇ ਹਾਂ ਅੱਜ ਦਾ ਦੋਸਤਾਂ ਮੈਂ ਤੁਹਾਨੂੰ ਸਫ਼ਰ ਦਿਖਾਉਂਦਾ। ਮਈ ਮੰਨੀ ਬਈਆ ਨੇ 3 ਬ੍ਰੈਡ ਜੈਮ ਟੋਸਟ ਖਾਧੇ, ਉਸ ਤੋਂ ਬਾਅਦ ਸ਼ੂਗਰ ਦੀ ਦਵਾਈ ਵੀ ਖਾਧੀ, ਉੱਪਰ ਥੱਲੇ ਸਾਰੀ ਸ਼ੂਗਰ ਹੋ ਗਈ ਹੈ। ਸਭ ਬੱਚੇ ਘਰ ਜਾਣ ਨੂੰ ਐਕਸਾਈਟਿਡ ਹੈ। ਉਹ ਦੇਖੋ ਕਿੰਨੇ ਐਕਸਾਈਟਿਡ, ਸਾਰੇ ਹੱਥ ਲਾਓ। ਮੇਗਾ ਘੋੜੇ ਦਾ ਐਕਸਪੀਰੀਅੰਸ ਤੁਹਾਡਾ ਕਿਸ ਤਰ੍ਹਾਂ ਰਿਹਾ, ਥੋੜ੍ਹਾ ਦੱਸੋ 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 ਦੱਸੋ। ਹੋਰ ਕੌਣ ਹੈ ਸਾਡੇ ਨਾਲ? ਵੀਰ ਜੀ ਕਿੱਧਰ ਗਏ ਸਾਡੇ? ਵੀਰ ਜੀ ਦਿਓ ਥੋੜ੍ਹਾ ਥੋੜ੍ਹਾ ਗਿਆਨ ਦਿਓ ਥੋੜ੍ਹਾ। ਜਿਹਨਾਂ ਨੇ ਇੰਨਾ ਲੰਮਾ ਸਮਾਂ ਭੱਦਰਵਾਹ ਦੀ ਧਰਤੀ ਬਹੁਤ ਭਾਗਾਂ ਵਾਲੀ ਹੈ, ਵੀ ਜਿਹੜੇ ਅਸੀਂ ਲੋਕ ਇਸ ਜਗ੍ਹਾ ਦੇ ਉੱਤੇ ਆਏ ਹਾਂ, ਇਹ ਜਗ੍ਹਾ ਭਾਗਾਂ ਵਾਲੀ ਹੈ। ਲੋਕਾਂ ਨੇ ਕਿੱਥੇ ਆਉਣਾ ਸੀ ਇੱਥੇ? ਇਹ ਜਗ੍ਹਾ ਭਾਗਾਂ ਦੇ ਨਾਲ ਚੁਣੀ ਗਈ, ਵਿਧੀ ਬਣੀ ਗਈ, ਫੇਰ ਇਹ ਬਣੀ ਗਈ। ਬਹੁਤ ਬਹੁਤ ਧੰਨਵਾਦ, ਵਲੌਗ ਦੇਖਦੇ ਰਹੋ ਅਤੇ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ। ਅਤੇ ਚਲੀਏ ਅਸੀਂ ਚੱਲਦੇ ਹਾਂ ਸਿੰਘ ਮਨਿੰਦਰ ਵਲੌਗ ਦੇ ਨਿਰਮਾਤਾ ਕੋਲ।
ਦੱਸੋ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇੱਧਰ ਆ ਕੇ? ਇੱਥੇ ਆ ਕੇ ਬਹੁਤ ਨਜ਼ਾਰਾ ਆਇਆ, ਕੱਲ ਬਸ ਹੰਗਾਮਾ ਹੋ ਗਿਆ ਜੀ ਥੋੜਾ ਜਿਹਾ। ਕੀ ਹੋਇਆ ਕੀ ਹੋਇਆ? ਕੱਲ ਬਸ ਭਰ ਲੈਣੀ ਸੀ ਬੱਚਿਆਂ ਨੇ, ਬੱਚਿਆਂ ਨੇ ਬਹੁਤ ਤੰਗ ਕੀਤਾ ਬੱਚਿਆਂ ਨੇ। आज देखो हमने नान खाया, हमने बड़े स्वाद से चटकारा लगा के खाया, और जैसे हमें बाहर आए हमें पता लगा कि नान का आटा पैरों से गूंदा गया था। ओह माय गॉड, ये अभी अभी की लेटेस्ट न्यूज है, ब्रेकिंग न्यूज उसका। दो नान गाय ने उन्होंने स्पेशल वो नहीं उन्हें गया, एक बंदे ने भी एक्स्ट्रा घी लिया 10 रुपए में, मगर 10 रुपए एक्स्ट्रा दे गए देसी घी हो गए 10 रुपए ने उसने एक्स्ट्रा लिए कुलूचे वालों को। कुलूचे वाला मैनू बना रही है फुल एंजॉय। हूं असी जा रहे हैं पत्नीटॉप। बहुत ज्यादा हवा चल रही है, हवा चेक करो तुम इंजॉय कर रहे हैं। हा 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 हा, मजा करो मजा। कुड़ी बीमार हो गई है बेचारी, सीरत इसको ठंड लग गई है। सीरत आए करो, आए कर दे। चलो ओहो, बड़े बड़े टावर लगे हुए थे, बस हम असी अंदर बह के तैयारी जाओ। ध्यान से आयो, ध्यान से। ਫਾਈਨਲੀ ਅਸੀਂ ਘਰਾਂ ਨੂੰ ਪਹੁੰਚ ਗਏ ਹਾਂ ਤੇ ਪਰ ਜਿਹੜੇ ਬਸਤੇ ਨੇ ਬੈਗ ਨੇ ਉਹ ਸਾਰੇ ਗਿੱਲੇ ਹੋ ਚੁੱਕੇ ਨੇ, ਬਸਤੇ ਗਿੱਲੇ ਹੋ ਗਏ ਆਪਣੇ ਸਾਰੇ ਬਹੁਤ ਜ਼ਿਆਦਾ, ਕਿਉਂਕਿ ਬਰਸਾਤ ਇੰਨੀ ਜ਼ਿਆਦਾ ਹੋਈ ਹੈ, ਹੋ ਰਹੀ ਹੈ ਚੱਲ ਰਹੀ ਹੈ। ਇਹ ਮੰਨੀ ਦਾ ਸਾਰਾ ਕਸੂਰ ਹੈ, ਮਨਿੰਦਰ ਦਾ, ਇੰਨੇ ਪਤਨੀ ਟੋਪ ਬਾਰੀ ਖੁੱਲੀ ਮੁੜ ਕੇ ਕੋਈ ਬੰਦ ਨਹੀਂ ਹੋਈ। ਚਲੋ ਉੱਠੋ ਉੱਠੋ ਚਲੋ, ਹੁਣ ਹੋ ਗਿਆ ਜਿਹੜਾ ਕੰਮ ਹੋਣਾ ਸੀਗਾ। ਸਵਾਰੀਆਂ ਆਪਣੇ ਸਮਾਨ ਦੀ ਆਪ ਜੀ ਬਿਮਾਰ ਹੈ, ਧਿਆਨ ਨਾਲ ਉਤਰੇ ਹੁਣ, ਗਿੱਲੇ ਹੋਣ ਵਾਲਾ ਸਮਾਨ ਆ ਸਾਰਾ। ਸਾਰੇ ਸਵਾਰੀਆਂ ਉਤਰੋ ਆਸਤਾ ਆਸਤਾ, ਬਾਅਦ
ਚੰਗਾ ਸਫ਼ਰ ਬਰਸਾ ਲੈ ਇੱਥੇ ਟਾਈਮ ਰਾਤ ਦੇ ਵੱਜ ਗਏ ਨੇ ਦਸ ਜਾਮ ਬਹੁਤ ਸੀਗਾ ਰਸਤੇ 'ਚ ਇਸ ਕਾਰਨ ਅਸੀਂ ਲੇਟ ਹੋ ਗਏ ਸਵੇਰੇ 11:30 ਤੇ ਨਿਕਲੇ ਹੋਏ ਅਤੇ ਰਾਤ ਦੇ 10 ਵੱਜ ਗਏ ਆਸਾ ਹੀ ਦੌੜ ਪਏ ਸਾਰੇ ਉਧਰੋਂ 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 ਆ ਜਾਓ ਆ ਜਾਓ ਲੋਏ ਲੋਏ ਆ ਜਾਓ ਆ ਜਾਓ ਆ ਜਾਓ ਉਹ ਧਿਆਨ ਨਾਲ ਤੁਸੀਂ ਧਿਆਨ ਨਾਲ ਭਰਾ ਉਹ ਭਰਾਵਾ ਉਹ ਲੈ ਕੇ ਤੇ ਦੋਸਤੋ ਆਪਣਾ ਵਲੋਗ ਹੁਣ ਇੱਥੇ ਖਤਮ ਹੁੰਦਾ ਹੈ ਬੱਚਾ ਪਾਰਟੀ ਸਾਰੀ ਘਰ ਆ ਗਈ ਹੈ ਔਰ ਬਹੁਤ ਇੰਜੋਏ ਕਰਕੇ ਆਏ ਆ ਇਸ ਲਈ ਹੱਸ ਰਹੇ ਆ ਤੋ ਅਗਰ ਵਧੀਆ ਲੱਗੇ ਤਾਂ ਲਾਈਕ ਕਰਿਓ ਬਾਏ ਥੈਂਕ ਯੂ।